ਇਸ ਤੋਂ ਬਾਅਦ ਅਮਰੀਕਾ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਵੀ ਮੀਡੀਆ ਦੀ ਆਜ਼ਾਦੀ ਅਤੇ ਉਹਨਾਂ ਦੀ ਸਰਕਾਰ ਹੋਣ ਉੱਤੇ ਸਾਰੇ ਚੈਨਲਾਂ ਉੱਤੇ ਲੱਗਿਆ ਬੈਨ ਚੁੱਕਣ ਦੀ ਗੱਲ ਕਹੀ ਆ। ਤੁਸੀਂ ਵੀ ਸੁਣੋ ਕੀ ਕਹਿ ਰਹੇ ਨੇ ਮਨਿੰਦਰ ਸਿੰਘ। ਗੱਲ ਤੁਹਾਡੀ ਸਹੀ ਹੈ ਤਾਂ ਪੀਟੀਸੀ ਕਰੇ ਸੱਚ ਬੋਲਦੀ ਹੋਣੀ, ਲੇਕਿਨ ਆਈ ਟੈਲ ਯੂ ਸਮਥਿੰਗ, ਸਾਡੇ 5 ਚੈਨਲ ਹੁੰਦੇ ਸੀ, ਇੱਕ ਜ਼ੀ ਪੰਜਾਬੀ ਇਹਨਾਂ ਨੇ ਬੰਦ ਕਰਾਤੀ, 2-4 ਸੀ ਦੂਜੇ ਆਪਣੇ ਪੀਟੀਸੀ ਵਾਲੇ, ਲੇਕਿਨ ਅੱਜ 12 ਚੈਨਲ ਹੋਰ ਨੇ ਜੋ ਖੋਲ੍ਹਣਾ ਚਾਹੁੰਦੇ ਨੇ ਇੱਥੇ, ਇਹ ਇਜਾਜ਼ਤ ਨਹੀਂ ਦੇ ਰਹੇ। ਅਗਰ ਸਾਡੀ ਗਵਰਨਮੈਂਟ ਆਏਗੀ, ਵੀ ਬਿਲੀਵ ਇਨ ਫਰੀ ਮੀਡੀਆ, ਅਸੀਂ ਬਿਲਕੁਲ ਇਹ ਬੈਨ ਚੱਕ ਦਾਂਗੇ, ਜਿੰਨੇ ਮਰਜ਼ੀ ਚੈਨਲ ਲਾਉਣੇ ਚਾਹੁੰਦੇ ਲਾ ਦੇਣ, ਜਿੰਨੇ ਮਰਜ਼ੀ ਚੈਨਲ ਲੱਗ ਜਾਣ, ਇਹ ਤਾਂ ਤੁਹਾਡੇ 'ਤੇ ਹੈ, ਕਿਸੇ ਹੋਰ 'ਤੇ ਹੈ ਜਿਹੜਾ ਜਿਹੜਾ ਚੈਨਲ ਦੇਖਣਾ ਚਾਹੁੰਦੇ ਨੇ, ਲੇਕਿਨ ਇਹ ਇਸ ਨੂੰ ਇੱਕ ਪ੍ਰੋਪਾਗੈਂਡਾ ਟੂਲ ਬਣਾਉਣਾ ਚਾਹੁੰਦੇ ਨੇ ਇਸ ਪੀਟੀਸੀ ਨੂੰ, ਵਿੱਚ ਦੇ ਆਰ ਡੂਇੰਗ ਇਟ, ਚੋਣਾਂ ਤੋਂ ਥੋੜ੍ਹੇ ਮਹੀਨੇ ਪਹਿਲਾਂ ਹੀ। ਸੋ ਮੈਂ ਤੁਹਾਡੇ ਨਾਲ ਟੋਟਲ ਅਗਰੀਮੈਂਟ 'ਚ ਹੈ, ਇਫ ਦਿਸ ਹੈਪਨ ਅਸੀਂ ਇਸ ਨੂੰ, ਆਲ ਚੈਨਲਸ ਵਿਲ ਹੈਵ ਐਕਸੈਸ, ਜੋ ਵੀ ਆਉਣਾ ਚਾਹੁੰਦੇ ਪੰਜਾਬੀ ਚੈਨਲ ਆਉਣ ਵਾਸਤੇ ਜਾਂ ਕਿਸੇ ਹੋਰ ਬੋਲੀ ਦਾ ਵੀ, ਇਜ਼ ਵੈਲਕਮ।